ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲੇਖਾ ਹੈ ਭੈਣਾ, ਡਿਵੈਲਪਮੈਂਟ ਮੈਨੇਜਰ ਨੋਰਥ ਹੈਡ ਸੁਮਿਲ ਕੈਮੀਕਲ ਬੋਂਬੇ ਦੀ ਇੰਡੀਅਨ ਮਲਟੀਨੈਸ਼ਨਲ ਕੰਪਨੀ ਹੈ। ਮੈਂ ਅਤੇ ਮੇਰੇ ਸਾਥੀ ਮਿਸਟਰ ਜਗਦੀਪ ਸਿੰਘ ਜੀ, ਨਾਲੇ ਮਿਸਟਰ ਜਸਵੀਰ ਸਿੰਘ ਜੀ, ਇਸ ਦੇ ਨਾਲ ਅਸੀਂ ਅੱਜ ਤਿੰਨੋਂ ਸਰਦਾਰ ਸੁਖਵਿੰਦਰ ਸਿੰਘ ਜੀ, ਪਿਤਾ ਜੀ ਦਾ ਨਾਮ ਸਰਦਾਰ ਬਲਜੀਤ ਸਿੰਘ ਜੀ, ਪਿੰਡ ਕਾਤਰੋ ਤਹਿਸੀਲ ਧੂਰੀ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਅੱਜ ਅਸੀਂ 14/1/2019 ਨੂੰ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਹਾਂ। ਦੋਸਤੋ, ਇਹ ਜਿਹੜੀ ਤੁਸੀਂ ਇਹਨਾਂ ਦੇ ਪਿੱਛੇ ਵਾਲੀ ਕਣਕ ਦੇਖ ਰਹੇ ਹੋ, ਇਹਦੇ ਵਿੱਚ ਜਸਵੀਰ ਸਿੰਘ ਜੀ ਨੇ ਅੱਧੇ ਕਿੱਲੇ ਦੇ ਵਿੱਚ, ਯਾਨੀ ਕਿ 2000 ਸਕੁਅਰ ਮੀਟਰ ਦੇ ਵਿੱਚ 2 ਕਿਲੋ ਜਿੰਦਾ ਜ਼ਬਰਦਸਤ ਜਿੰਕ ਪਲੱਸ 1.5 ਕਿਲੋ ਜਿਹੜਾ ਹੈਗਾ ਕੋਸਾਮਿਲ ਬੋਰਡ ਦਾ, ਇਹਦੇ ਵਿੱਚ ਯੂਰੀ ਦੇ ਵਿੱਚ ਮਿਲਾ ਕੇ ਇਹਨਾਂ ਨੇ ਛਿੱਟਾ ਦਿਵਾਇਆ ਸੀ। ਇਹ ਜਿਹੜਾ ਛਿੱਟਾ ਹੈਗਾ ਦੋਸਤੋ, ਇਹ 10/12/2019 ਨੂੰ ਜਿਹੜਾ ਹੈਗਾ ਟ੍ਰਾਇਲ ਜਸਵੀਰ ਸਿੰਘ ਜੀ ਤੁਸੀਂ ਲਗਵਾਇਆ ਜੀ ਜੀ ਜੀ, ਅਤੇ ਅੱਜ 14/1/2019 ਨੂੰ, ਯਾਨੀ ਲਗਭਗ 34 ਦਿਨ ਬਾਅਦ ਅਸੀਂ ਖੇਤ ਵਿੱਚ ਪਹੁੰਚੇ ਹਾਂ। ਅਤੇ ਇਹ ਜਿਹੜੇ ਸਾਹਮਣੇ ਤੁਸੀਂ ਪਲਾਂਟ ਦੇਖ ਰਹੇ ਹੋ, ਭਾਈ ਸਾਹਿਬ ਲੈ ਕੇ ਖੜ੍ਹੇ ਹੈ, ਇਹ ਤੁਹਾਨੂੰ ਦੱਸਦੀ ਵੀ ਇਹ ਜਿਹੜਾ ਏਰੀਆ ਹੈਗਾ, ਇਹਦੇ ਵਿੱਚ ਅਸੀਂ ਜਿਹੜਾ ਇਹਨਾਂ ਨੇ ਟ੍ਰਾਇਲ ਲਗਵਾਇਆ ਸੀ, ਔਰ ਉਸ ਬਿਲਕੁਲ ਬਿਜਾਈ ਬਰਾਬਰ ਦੀ ਹੈਗੀ। ਇਹ ਵਾਲੀ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ, ਇਹਦੇ ਵਿੱਚ ਜਿਹੜਾ ਹੈਗਾ ਟ੍ਰਾਇਲ ਨਹੀਂ ਲੱਗਿਆ। ਠੀਕ ਹੈ ਬਾਈ ਜੀ, ਠੀਕ ਹੈ। ਹਾਂਜੀ, ਹੁਣ ਵੀਰ ਮੇਰੇ ਤੁਸੀਂ ਇਹ ਦੱਸੋ ਵੀ ਜਿਹੜੇ ਇਹ ਬੂਟੇ ਪੱਟੇ ਆਪਾਂ ਕਣਕ ਦੇ, 29-67 ਵੈਰਾਇਟੀ ਹੈ ਤੁਹਾਡੇ ਸਾਹਮਣੇ ਪੱਟੇ ਹੈ, ਤੁਸੀਂ ਹੁਣ ਇਹ ਦੱਸੋ ਵੀ ਇਹਨਾਂ ਦੇ ਵਿੱਚ ਆਪਾਂ ਨੂੰ ਆਪਸ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਦੱਸੋ ਜੀ। ਵਧੀਆ ਕੁਆਲਿਟੀ ਦੀ ਹੋਊਗੀ ਕਣਕ ਜੀ, ਮਾੜੀ ਹੋਊਗੀ, ਉਹਦੇ ਵਿੱਚ ਤੁਹਾਨੂੰ ਕੀ ਵਧੀਆ ਫਰਕ ਲੱਗ ਰਿਹਾ, ਕੀ ਫਰਕ ਨਜ਼ਰ ਆ ਰਿਹਾ? ਤਣਾ ਮੋਟਾ ਗਾ ਜੀ। ਹਾਂਜੀ, ਜੜਾਂ ਦਾ ਵਿਕਾਸ ਵੱਧ ਹੋਇਆ ਹੋਇਆ ਜੀ। ਠੀਕ ਹੈ ਜੀ, ਤੇ ਕੂ ਹਰਾ ਭਰਾ ਜੀ, ਉਹ ਪੀਲਕ ਚਾਹੇ ਹਰਾ ਭਰਾ, ਪੂਰਾ ਕੱਦ ਵੀ ਵੱਧਦਾ ਜੀ ਇਹਦਾ, ਕੱਦ ਵੀ ਵੱਧਦਾ। ਠੀਕ ਹੈ, ਸ਼ਖਾਵਾਂ ਦੇ ਵਿੱਚ ਕੋਈ ਫਰਕ ਲੱਗ ਰਿਹਾ ਵੀਰ ਮੇਰੇ? ਹਾਂ ਜੀ, ਸ਼ਖਾਵਾਂ ਵੀ ਬਹੁਤ ਵਧੀਆ ਨੇ ਜੀ। ਠੀਕ ਹੈ ਜੀ, ਤੇ ਉੱਪਰਲੇ ਤਣਿਆਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਤਣੇ ਵੀ ਪੂਰੇ ਵਧੀਆ ਨੇ ਜੀ, ਹਰਾ ਭਰਾ ਵਧੀਆ ਮੋਟੇ ਹੈਗੇ। ਠੀਕ ਹੈ, ਤੇ ਇਹਦੇ ਨਾਲ ਅਗਰ ਆਪਣੇ ਮਤਲਬ ਸ਼ਖਾਵਾਂ ਜ਼ਿਆਦਾ ਨੇ, ਤਣੇ ਜ਼ਿਆਦਾ ਨੇ, ਮਤਲਬ ਪੱਤਾ ਵੀ ਚੌੜਾ ਹੈਗਾ, ਰੰਗ ਦੇ ਵਿੱਚ ਵੀ ਵਧੀਆ ਹੈਗਾ, ਕੱਦ ਦੇ ਵਿੱਚ ਵੀ ਆਪਾਂ ਫਰਕ ਨਜ਼ਰ ਆ ਰਿਹਾ, ਅਤੇ ਆਪਾਂ ਪਰ ਕਿੱਲੇ ਦੀ ਸਾਨਾ ਕਿੰਨੀ ਕੁ ਉਮੀਦ ਰੱਖ ਸਕਦੇ ਹਾਂ ਵੀ ਇਹਦੇ ਵਿੱਚ ਕਿੰਨਾ ਜਿਹੜਾ ਹੈਗਾ, ਕਿੰਨੇ ਕੁਇੰਟਲ ਜਾਂ ਕਿੰਨੇ ਮਨ, ਜਿਵੇਂ ਵੀ ਤੁਹਾਨੂੰ ਸਹੀ ਲੱਗਦਾ, ਵੀ ਕਿੰਨੇ ਕੁ ਮਨ ਝਾੜ ਵਧਣ ਦੀ ਉਮੀਦ ਰੱਖ ਸਕਦੇ ਹਾਂ ਆਪਾਂ? ਇਹਦੇ 5 ਕੁਇੰਟਲ ਦੀ ਨਿਕਲ ਹੋਈ, ਦੂਜੀ ਦਾ ਮੈਨੂੰ 4 ਕਰੀ 4 ਸਾਢੇ 3, ਮਤਲਬ 1.5 ਕੁਇੰਟਲ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਤੁਸੀਂ 1 ਕਿੱਲੇ ਦਾ ਕਹਿ ਰਹੇ ਹੋ? ਬਿੱਗੇ ਦਾ। ਠੀਕ ਹੈ, ਤੁਸੀਂ ਆਪਣੇ ਵਾਸਤੇ ਤੇ ਦੂਜੇ ਜ਼ਿਮੀਦਾਰਾਂ ਵਾਸਤੇ ਕੀ ਕਹਿਣਾ ਚਾਹੁੰਦੇ ਵੀ ਇਹ ਜਿਹੜੀ ਜਿੰਦਾ ਖਾਦ ਤੇ ਕੋਸਾਮਿਲ ਗੋਲਡ ਦਾ ਟ੍ਰਾਇਲ ਲਵਾਇਆ ਸੀ, ਇਹ ਆਪਣੇ ਜ਼ਿਮੀਦਾਰਾਂ ਨੂੰ ਪਵਾਉਣੀ ਚਾਹੀਦੀ ਹੈ ਜਾਂ ਕਿਵੇਂ ਪਾਉਣੀ ਚਾਹੀਦੀ ਹੈ ਹਰੇਕ ਜ਼ਿਮੀਦਾਰ ਨੂੰ? ਹਰੇਕ ਦੇਖੋ ਵੀਰ ਮੇਰੇ, ਜਦੋਂ ਆਪਾਂ ਲਗਾਤਾਰ ਖੇਤ ਦੇ ਵਿੱਚ ਯੂਰੀਆ ਪਾਈ ਜਾਂਦੇ ਹਾਂ, ਯੂਰੀਆ ਨਾਲ ਕਹਿੰਦੇ ਫਸਲ ਇੱਕ ਵਾਰੀ ਆਪਣਾ ਬਹੁਤ ਵਧੀਆ ਲੱਗਦੀ ਹੈ, ਜਿੰਨੀਆਂ ਯੂਰੀਆ ਦੇ ਵਿੱਚ ਆਪਾਂ ਪਾਵਾਂਗੇ ਉਨੀ ਆਪਣੀ ਬਿਮਾਰੀ ਜਿਹੜੀ ਜ਼ਿਆਦਾ ਲੱਗਣੀ, ਜਿੰਨੀਆਂ ਫਸਲ ਨੂੰ ਬਿਮਾਰੀ ਜ਼ਿਆਦਾ ਲੱਗਣੀ ਉਹਨੇ ਸਪਰੇਆਂ ਜ਼ਿਆਦਾ ਕਰਨੀਆਂ ਪੈਣਗੀਆਂ, ਜਿੱਥੇ ਆਪਾਂ 1 ਗੱਟਾ ਯੂਰੀਆ ਪਾਉਣਾ ਉੱਥੇ 30 ਕਿਲੋ ਯੂਰੀਆ ਲੈ ਕੇ ਮਾੜਾ ਪਾਣੀ ਦਾ ਛਿੱਟਾ ਦੇ ਕੇ, ਅਤੇ ਇਹ ਜਿਹੜੀ 4 ਕਿਲੋ ਜਿੰਦਾ ਜ਼ਬਰਦਸਤ ਜ਼ਿੰਕ ਪਲੱਸ 3 ਕਿਲੋ ਕੋਸਾਮਿਲ ਗੋਲਡ ਦੀ ਥੈਲੀ ਜਿਹੜੀ ਹੈਗੀ ਹੈ ਉਹ 1 ਕਿੱਲੇ ਵਾਸਤੇ ਹੈਗੇ, ਤੁਸੀਂ ਯੂਰੀਆ ਦੇ ਵਿੱਚ ਮਿਲਾ ਕੇ ਛਿੱਟਾ ਦਿਓ। ਇਸ ਤੋਂ ਇਲਾਵਾ ਇੱਕ ਫਾਇਦਾ ਹੋਰ ਹੈਗਾ, ਜਦੋਂ ਆਪਾਂ ਖੇਤ ਦੇ ਵਿੱਚ ਯੂਰੀਆ ਪਾਉਂਦੇ ਹਾਂ, ਅਗਰ ਤਕੜੀ ਧੁੱਪ ਨਿਕਲੀ ਹੋਵੇ 2 ਘੰਟੇ ਬਾਅਦ ਆਪਣੇ ਖੇਤ ਦੇ ਵਿੱਚ ਯੂਰੀਆ 1 ਦਾਣਾ ਵੀ ਨਹੀਂ ਮਿਲੂਗਾ, ਜਦੋਂ ਆਪਾਂ ਇਹਦੇ ਨਾਲ ਮਿਲਾ ਕੇ ਪਾਵਾਂਗੇ ਤਾਂ ਆਪਣੇ ਖੇਤ ਦੇ ਯੂਰੀਆ 10-12 ਦਿਨ ਤੱਕ ਪਈ ਰਹੂਗੀ, ਹੌਲੀ ਹੌਲੀ ਉਨੀ ਛਿੱਟੂਗੀ ਜਿੰਨੀ ਕਿ ਲੋੜ ਹੈ। ਠੀਕ ਹੈ, ਹਾਂਜੀ ਜਗਦੀਪ ਸਿੰਘ ਜੀ, ਇਹਦੇ ਵਿੱਚ ਤਾਂ ਟੰਡੇ ਦਾ ਬਹੁਤ ਜ਼ਿਆਦਾ ਫਰਕ ਦਿਖ ਹੀ ਰਿਹਾ ਆਪਾਂ ਨੂੰ ਜੀ। ਠੀਕ ਹੈ, ਕਿਉਂ ਫਰਕ ਪੈ ਰਿਹਾ? ਇਹਦੇ ਵਿੱਚ ਇਹ ਹੈ ਵੀ ਇੱਕ ਤਾਂ ਇਹ 2 ਬੈਲੈਂਸ ਤੱਤ ਮਿਲ ਗਏ ਆਪਾਂ ਨੂੰ, ਠੀਕ ਹੈ, ਉਹ ਤੋਂ ਇਲਾਵਾ ਇਸ ਦੇ ਵਿੱਚ ਜੋ ਆਪਾਂ ਪੀਐਚ ਵੈਲਿਊ ਨੂੰ ਸਥਿਰ ਕਰਨ ਦੀ ਸਮਰੱਥਾ ਹੈ ਜਿੰਦਾ ਜਿੰਕ ਦੇ ਵਿੱਚ, ਜਿੰਦਾ ਖਾਦ ਦੇ ਵਿੱਚ, ਉਹ ਉਸ ਕਰਕੇ ਸਾਰਾ ਇਹ ਹੋਇਆ ਵੀ ਜੋ ਬੈਲੈਂਸ ਨਿਊਟ੍ਰੈਂਟਸ ਆਪਣੇ ਪਏ ਨੇ ਜ਼ਮੀਨ ਦੇ ਵਿੱਚ, ਫਿਕਸ ਹੋਏ ਤੱਤ ਪਏ ਨੇ, ਉਹ ਵੀ ਬੂਟਾ ਇਹਦੀ ਮਦਦ ਨਾਲ ਮਿਲਦਾ, ਕਿਉਂਕਿ ਜਦੋਂ ਆਪਾਂ ਜਿੰਦਾ ਖਾਦ ਦਾ ਆਪਾਂ ਛਿੱਟਾ ਦਿੰਦੇ ਹਾਂ ਤਾਂ ਇਹ ਜਦੋਂ ਵੀ ਦੂਜੀ ਖਾਦ ਪਾਉਂਦੇ ਹਾਂ, ਚਾਹੇ ਆਪਾਂ ਫਾਸਫੋਰਸ ਪਾਈ ਆ, ਚਾਹੇ ਆਪਾਂ ਨੇ ਯੂਰੀਆ ਪਾਇਆ, ਉਹਨੂੰ ਨੀਚੇ ਵੇਸਟ ਨਹੀਂ ਹੋਣ ਦਿੰਦਾ, ਨੀਚਕ ਨਹੀਂ ਹੋਣ ਦਿੰਦਾ, ਤਾਂ ਉਹ ਸਾਰੀ ਬੂਟੇ ਨੂੰ ਲੱਗਦੀ ਆ, ਤਾਂ ਇਸੇ ਕਰਕੇ ਜਿੱਥੇ ਇਹ ਆਪ 2 ਤੱਤਾਂ ਦੀ ਪੂਰਤੀ ਕਰਦਾ ਜਾਂਦਾ, ਉਹਦੇ ਨਾਲ ਜਿਹੜੇ ਦੂਜੇ ਤੱਤ ਪਾਏ ਹੋਏ ਨੇ ਉਹਨਾਂ ਦੀ ਵੀ ਪੂਰਤੀ ਹੋ ਰਹੀ ਆ, ਵੇਸਟ ਜੋੜ ਤੋਂ ਰੋਕਦਾ ਦੂਜੇ ਤੱਤਾਂ ਨੂੰ, ਇਹ ਮੇਨ ਇਹਦਾ ਰੀਜ਼ਨ ਆ ਜਾਂਦਾ। ਬਾਈ ਜੀ, ਆਪਾਂ ਜਿਹੜਾ ਟ੍ਰਾਇਲ ਲਾਇਆ, ਤੁਸੀਂ ਇਸ ਟ੍ਰਾਇਲ ਤੋਂ ਪੂਰੇ ਸੈਟੀਸਫਾਈਡ ਹੋ, ਮਤਲਬ ਖੁਸ਼ ਹੈਗੇ? ਠੀਕ ਹੈ, ਕੋਈ ਸ਼ੱਕ ਵਾਲੀ ਗੱਲ ਤਾਂ ਨਹੀਂ? 5 ਦਿਨਾਂ ਤੋਂ ਬਾਅਦ ਦੱਸ ਤਰੀਕੀ ਬਾਕੀ ਇਹਨਾਂ ਨੇ, ਹਾਂ 5-7 ਦਿਨਾਂ ਬਾਅਦ ਇਹਨਾਂ ਨੇ ਮੈਨੂੰ ਫੋਨ ਕਰਿਆ ਸੀ। ਅੱਛਾ ਜੀ, ਕਿਉਂਕਿ ਬਾਕੀ ਫਰਕ ਹੈ, ਜਦੋਂ ਇਹ ਲਾਈ ਤੀ ਬਰਾਬਰ ਤੀ, ਥੋੜੀ ਜਿਹੀ ਮਾੜੀ ਜੀ, ਬਿਜਾਈ ਵੀ ਸੇਮ ਟਾਈਮ ਹੈ, ਵੈਰਾਈਟੀ ਵੀ ਸੇਮ ਹੈ, ਸਾਰਾ ਕੁਝ ਬਰਾਬਰ ਹੈ।
ਇਹਦੇ ਕਰਾਤ ਲੰਘ ਗਈ ਬੀਜੀ ਨੂੰ। ਅੱਛਾ ਜੀ, ਯਾਨੀ ਆਪਾਂ ਅੱਜ ਬੀਜਤੀ ਇਹ, ਕੱਲ ਨੂੰ ਬੀਜੀ। ਅੱਛਾ ਠੀਕ ਹੈ, ਇਹਦੀ ਬਿਜਾਈ ਵੀ ਉਹ ਨਾਲ ਵਾਲੀ ਜਿਹੜੀ ਹੈਗੀ ਹੈ ਕਣਕ, ਉਹ ਤੋਂ ਬਾਅਦ ਹੋਈ, 2 ਘੰਟੇ ਦਾ ਫਰਕ ਹੈ, 2 ਘੰਟੇ ਦਾ ਫਰਕ ਹੈਗਾ। ਠੀਕ ਹੈ, ਹਾਂਜੀ ਜਸਵੀਰ ਸਿੰਘ ਜੀ ਤੁਸੀਂ ਦੱਸੋ। ਹਾਂਜੀ ਬੋਲੋ ਜੀ, ਬੋਲੋ। ਹਾਂਜੀ, ਇਹਨੇ ਦੱਸਤਾ ਜੀ ਮੈਨੂੰ 5 ਦਿਨਾਂ ਬਾਅਦ ਵੀ ਰਿਜ਼ਲਟ ਆ ਗਿਆ। ਜਦੋਂ ਅਸੀਂ ਜਿਸ ਦਿਨ ਟ੍ਰਾਇਲ ਲਾਇਆ ਸੀ ਨਾ, ਉਸ ਦਿਨ ਇਹ ਦੋਨਾਂ ਦੀ ਇੱਕ ਤਾਂ ਬਿਜਾਈ ਬਾਰੀ ਪੁੱਛ ਲਈ ਸੀ, ਇਸਦੀ ਇਹ ਖੱਤੇ ਦੀ ਬਿਜਾਈ 1 ਦਿਨ ਬਾਅਦ ਹੋਈ। ਠੀਕ ਹੈ, ਉਸ ਤੋਂ ਬਾਅਦ ਜਦੋਂ ਅਸੀਂ ਟ੍ਰਾਇਲ ਆਪਣਾ ਯੂਰੀਏ ਦੇ ਵਿੱਚ ਰਲਾ ਕੇ ਜਦੋਂ ਟ੍ਰਾਇਲ ਲਵਾਇਆ ਇੱਥੇ, ਤਾਂ ਟ੍ਰਾਇਲ ਲਾਉਣ ਤੋਂ ਬਾਅਦ 5ਵੇਂ ਦਿਨ ਦੀ ਉਹ ਗੱਲ ਹੈ, 5-6 ਦਿਨਾਂ ਬਾਅਦ ਇਹਨਾਂ ਨੇ ਮੈਨੂੰ ਫੋਨ ਕਰਤਾ ਸੀ ਕਿ ਉਹ ਫਰਕ ਬਹੁਤ ਆਇਆ। ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਵੀ ਦੱਸ ਦੇ ਅਤੇ ਨਾਲ ਸਿੱਪੇ ਨੂੰ ਵੀ, ਇੱਧਰ ਅਮਨ ਡੀਲਰ ਨੂੰ ਵੀ ਦੱਸ ਦੇ। ਠੀਕ ਹੈ ਜੀ, ਉਸ ਤੋਂ ਬਾਅਦ ਸਿੱਪਾ ਜੀ ਨੂੰ ਪਤਾ ਹੀ ਲੱਗਿਆ ਹੋਊਗਾ ਕਿ ਕੀ ਫਰਕ ਹੈ। ਉਸ ਤੋਂ ਬਾਅਦ ਇੱਕ ਵਾਰ ਮੈਂ ਆਇਆ ਵੀ ਸੀ, ਅਤੇ ਉਸ ਤੋਂ ਬਾਅਦ ਬਸ ਅੱਜ 34 ਦਿਨਾਂ ਬਾਅਦ ਅੱਜ ਆਪਾਂ ਦੇਖ ਹੀ ਰਹੇ ਹਾਂ। ਕਿ ਪਹਿਲੇ ਵੀ ਬੂਟੇ ਪੱਟ ਕੇ ਦਿਖਾਏ ਸੀ ਨਾ? ਬੂਟੇ ਪੱਟ ਕੇ ਨਹੀਂ ਦੇਖੇ ਸੀ ਜੀ, ਉਦੋਂ ਅਸੀਂ ਬੂਟੇ ਨਹੀਂ ਪੱਟ ਕੇ ਦੇਖੇ ਸੀ, ਉਦੋਂ ਅਸੀਂ ਇਹੀ ਦੇਖਿਆ ਸੀ ਕਿ ਹਾਂ ਬਾਕੀ ਕੱਦ ਦਾ ਫਰਕ ਹੈ ਦੋਨਾਂ ਦਾ, ਹਾਈਟ ਦਾ ਫਰਕ ਹੈ। ਹਾਈਟ ਦਾ ਫਰਕ ਹੈ, ਬਿਲਕੁਲ ਜੀ। ਠੀਕ ਹੈ ਵੀਰ ਮੇਰੇ, ਠੀਕ ਹੈ ਜੀ, ਠੀਕ ਹੈ, ਥੈਂਕ ਯੂ, ਬਹੁਤ ਧੰਨਵਾਦ, ਥੈਂਕ ਯੂ ਭਾਈ।